ਹਰ ਜਗ੍ਹਾ ਤੇ, ਚਾਹੇ ਉਹ ਲਿੰਚਿੰਗ ਦੇ ਕੇਸ ਸੀ, ਚਾਹੇ ਉਹ ਕਿਸਾਨਾਂ ਦੇ ਕੇਸ ਹੈ, ਚਾਹੇ ਉਹ ਸਿਟੀਜ਼ਨ ਅਮੈਂਡਮੈਂਟ ਬਿੱਲ ਸੀਗਾ ਉਹਦੀ ਗੱਲਾਂ ਸੀਗੀਆਂ, ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਉਹ ਗੱਲਾਂ ਉਠਾਉਂਦੇ ਰਹੇ ਹੈ ਤੇ ਉਹਦੇ ਉਹੀ ਉਹਨਾਂ ਦਾ ਜੁਰਮ ਹੈ। ਤੁਸੀਂ ਅੱਜ ਨੂੰ ਸਮਾਪਤ ਕਰਦੇ ਹੋ ਜਾਂ ਫਿਰ ਹੁਣ ਅੱਗੇ ਜਿਹੜਾ ਉਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ? ਦੇਖੋ, ਅੱਜ ਦਾ ਜਿਹੜਾ ਲੀਕਿਆ ਪ੍ਰੋਗਰਾਮ ਹੈ, ਲੀਕੇ ਪ੍ਰੋਗਰਾਮ ਦੇ ਮੁਤਾਬਕ ਸਾਡੀ ਹੁਣ ਸਮਾਪਤੀ ਆ, ਕਿਉਂਕਿ ਅਸੀਂ ਮੰਗ ਪੱਤਰ ਦੇਣ ਆਏ ਸੀ ਉਹ ਦੋ ਮੰਗਾਂ ਦੇ ਉੱਤੇ, ਉਹ ਅਸੀਂ ਮੰਗ ਪੱਤਰ ਅਧਿਕਾਰੀ ਨੂੰ ਦੇ ਚੁੱਕੇ ਹਾਂ। ਦੂਜੀ ਗੱਲ ਨਵੀਂ ਉੱਠੀ ਹੈ, ਜਿਹੜੀਆਂ ਕੁੜੀਆਂ ਜੰਤਰ ਮੰਤਰ 'ਚ ਚੱਕ ਕੇ ਉਹਨਾਂ ਦਾ ਟੈਂਟ ਪੱਟਤਾ, ਇਹ ਗੱਲ ਨਵੀਂ ਉੱਠੀ, ਉਹ ਗ੍ਰਿਫਤਾਰ ਕਰਦੇ ਹਾਂ, ਉਹਨਾਂ 'ਤੇ ਹੁਣ ਪਰਚੇ ਦਰਜ ਕਰੂਗੀ ਬੀਜੇਪੀ ਬਜਾਏ ਬਿਰਜ ਭੂਸ਼ਣ ਨੂੰ ਗ੍ਰਿਫਤਾਰ ਕਰਨ ਦੇ। ਜਿਹੜੀਆਂ ਕੁੜੀਆਂ 'ਤੇ ਅੱਤਿਆਚਾਰ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰੂਗੀ ਆਪਦੇ ਪੁਰਾਣੇ ਖਾਸੇ ਦੇ ਮੁਤਾਬਕ। ਇਸੇ ਤਰ੍ਹਾਂ ਕਰਦੇ ਰਹੇ ਹੈ, ਲਿਖਮਪੁਰ ਖੀਰੀ ਦੇ ਵਿੱਚ ਕਾਤਲਾਂ ਨੂੰ ਵੀ ਨਹੀਂ ਅੰਦਰ ਕੀਤਾ, ਸਗੋਂ ਜਿਹੜੇ ਬੰਦਿਆਂ ਦੇ ਕਤਲ ਹੋਏ ਉਹ 4 ਕਿਸਾਨਾਂ ਫੜ ਕੇ ਅੰਦਰ ਕਰਤੇ। ਇਸੇ ਤਰ੍ਹਾਂ ਆਪਣੇ NRC ਵੇਲੇ ਮੁਸਲਮਾਨਾਂ ਨੂੰ ਅੰਦਰ ਕੀਤਾ, ਜਿਨ੍ਹਾਂ ਨੇ ਅੱਤਿਆਚਾਰ ਕੀਤਾ ਉਹਨਾਂ 'ਤੇ ਉਹਨਾਂ ਨੂੰ ਨਹੀਂ ਅੰਦਰ ਕੀਤਾ, ਨਾ ਉਹ ਮੰਤਰੀ ਨਿਰਾਦਰ ਹੱਕ 'ਤੇ ਕੋਈ ਕਾਰਵਾਈ ਹੋਈ। ਜਿਹੜੀ ਇਸੇ ਤਰ੍ਹਾਂ ਹੀ ਇਹ ਹਰ ਵਾਰ ਐਂ ਕਰਦੇ ਨੇ, ਇਹਨਾਂ ਕੁੜੀਆਂ ਨੇ ਕਿਹਾ ਸੀ ਵੀ ਜੇ ਸਾਨੂੰ ਇਨਸਾਫ ਨਹੀਂ ਤੁਸੀਂ ਦੇ ਸਕਦੇ ਤਾਂ ਸਾਨੂੰ ਹੀ ਅੰਦਰ ਕਰ ਦਿਓ, ਉਹਨਾਂ ਨੇ ਉਹਨਾਂ ਦੀ ਉਹ ਮੰਗ ਇੱਕ ਮੰਗ ਤਾਂ ਪੂਰੀ ਕਰਤੀ।